ਸਤਿ ਸ਼੍ਰੀ ਅਕਾਲ, ਨਮਸਕਾਰ। ਸਾਡੇ ਸ਼ਾਮ ਦੇ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਤੇ ਮੇਰੇ ਨਾਲ ਮੌਜੂਦ ਨੇ D4U ਨਿਊਜ਼ ਦੇ ਸੰਪਾਦਕ ਦੀਪਕ ਭੰਡਾਰੀ ਜੀ। ਭੰਡਾਰੀ ਜੀ, ਮੈਂ ਤੁਹਾਡਾ ਸਵਾਗਤ ਕਰਦੀ ਹਾਂ। ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ। ਭੰਡਾਰੀ ਜੀ, ਲੀਡਰਾਂ ਦੀ ਕੋਈ ਵੀ ਵਿਚਾਰਧਾਰਾ ਨਹੀਂ ਹੈਗੀ, ਇਹਨਾਂ ਦਾ ਸਿਰਫ ਇਹੀ ਹੋਗਾ ਕਿ ਕੁਰਸੀ ਹੀ ਇਮਾਨ ਹੈਗੀ ਇਹਨਾਂ ਦੀ। ਇਕਦਮ ਤੁਸੀਂ ਬਹੁਤ ਪੁਰਾਣੀ ਪਿਕਚਰ ਦਾ ਗਾਣਾ, ਤੁਸੀਂ ਤਾਂ ਉਦੋਂ ਤੁਹਾਡਾ ਜਨਮ ਵੀ ਨਹੀਂ ਹੋਇਆ ਹੋਣਾ। ਜੰਜ਼ੀਰ ਪਿਕਚਰ ਦਾ ਗਾਣਾ ਹੈ, ਯਾਰੀ ਹੈ ਇਮਾਨ ਮੇਰਾ, ਯਾਰ ਮੇਰੀ ਜ਼ਿੰਦਗੀ। ਹੁਣ ਇਹਨਾਂ ਦਾ ਲੀਡਰਾਂ ਦਾ ਇੱਕ ਗਾਣਾ ਹੋ ਗਿਆ, ਕਹਿੰਦੇ ਕੁਰਸੀ ਹੈ ਇਮਾਨ ਮੇਰਾ, ਕੁਰਸੀ ਹੀ ਮੇਰੀ ਜ਼ਿੰਦਗੀ। ਨਾ ਇਹਨਾਂ ਦਾ ਕੋਈ ਹੁਣ ਵਿਚਾਰ ਅਤੇ ਨਾ ਕੋਈ ਧਾਰਾ। ਪਹਿਲੇ ਹੁੰਦਾ ਸੀ ਵੀ ਪਾਰਟੀਆਂ ਵਾਸਤੇ ਇਹ ਲੀਡਰ ਕੰਮ ਕਰਦੇ ਸਨ, ਹੁਣ ਤਾਂ ਇਹ ਰਹਿ ਗਿਆ ਵੀ ਹਰ ਬੰਦਾ ਟਿਕਟ ਭਾਲਦਾ ਵੀ ਮੇਰੀ ਕੁਰਸੀ ਮੈਨੂੰ ਮਿਲਣੀ ਚਾਹੀਦੀ ਹੈ। ਅਤੇ ਜੇ ਇੱਕ ਹੁਣ ਜੇ 13 ਲੋਕ ਸਭਾ ਹਲਕੇ ਨੇ ਪੰਜਾਬ ਦੇ, ਤੇ 13 ਹੀ ਉਮੀਦਵਾਰ ਕੋ ਪਾਰਟੀ ਐਲਾਨ ਸਕਦੀ ਹੈ ਨਾ। ਤੇ ਜੇ ਜਿਹਨੂੰ ਟਿਕਟ, ਮੈਨੂੰ ਟਿਕਟ ਨਹੀਂ ਮਿਲਦੀ, ਮੈਂ ਅਕਾਲੀ ਦਲ 'ਚ, ਅਕਾਲੀ ਦਲ ਵਾਲਾ ਆਮ ਆਦਮੀ ਪਾਰਟੀ 'ਚ, ਆਮ ਆਦਮੀ ਪਾਰਟੀ ਵਾਲਾ ਬੀਜੇਪੀ 'ਚ, ਬੀਜੇਪੀ ਵਾਲਾ ਕਿਤੇ ਹੋਰ, ਮਤਲਬ ਇਹ ਰੋਟੇਸ਼ਨ ਲੱਗੀ ਹੋਈ ਹੈ, ਦਲ ਬਦਲੂਆਂ ਦੀ ਰੋਟੇਸ਼ਨ ਹੈ। ਵੀ ਕਹਿਣਗੇ ਇਹ ਸਾਰੀਆਂ ਗੱਲਾਂ, ਲੋਕਾਂ ਨੂੰ ਇਹ ਕਹਿਣਗੇ ਵੀ ਅਸੀਂ ਤੇ ਜਨਤਾ ਦੇ ਸੇਵਕ ਹਾਂ। ਸੇਵਕ ਤੇ ਉਹ ਤੁਸੀਂ ਬਹੁਤ, ਇੱਥੇ ਅੰਮ੍ਰਿਤਸਰ ਪਿੰਗਲਵਾੜਾ ਵੀ ਹੈਗਾ, ਆਓ ਸੇਵਾ ਕਰੋ। ਮਦਰ ਟੈਰੇਸਾ ਹੋਮ ਹੈਗਾ, ਆਓ ਸੇਵਾ ਕਰੋ। ਬਹੁਤ ਸਾਰੀਆਂ ਗਊਸ਼ਾਲਾ ਹੈਗੀਆਂ, ਵੀ ਸੇਵਾ ਤੁਸੀਂ ਉਦੋਂ ਕਰੋਗੇ ਜਦੋਂ ਤੁਹਾਨੂੰ ਕੋਈ ਲਾਲ ਝੰਡੀ ਵਾਲੀ, ਲਾਲ ਬੱਤੀ ਵਾਲੀ ਕਾਰ, ਝੰਡੀ ਵਾਲੀ ਕਾਰ, ਅੱਗੇ ਪਿੱਛੇ ਗਨਮੈਨ ਉਹ ਮਿਲਣਗੇ। ਤੁਸੀਂ ਦੇਖੋ ਜੇ ਲੀਡਰਾਂ ਦੇ ਨਾਂ ਲਈਏ ਨਾ, ਜਿਹੜਾ ਹੁਣ ਇਹ ਨਹੀਂ ਪਤਾ ਲੱਗਣਾ ਲੋਕਾਂ ਨੂੰ ਵੀ ਪਹਿਲੇ ਕਿਹੜੀ ਪਾਰਟੀ 'ਚ ਅਤੇ ਹੁਣ ਕਿਹੜੀ ਪਾਰਟੀ 'ਚ ਆ। ਜੀ ਬਿਲਕੁਲ, ਦੇਖ ਸੁਸ਼ੀਲ ਰਿੰਕੂ ਸਭ ਤੋਂ ਪਹਿਲੇ ਗਏ ਸੀ ਆਮ ਆਦਮੀ ਪਾਰਟੀ ਨੇ, ਉਮੀਦਵਾਰ ਐਲਾਨ 'ਤੇ ਸੀ, 22 'ਚ ਕਾਂਗਰਸ 'ਚੋਂ ਲੜੇ, 23 'ਚ ਆਮ ਆਦਮੀ ਪਾਰਟੀ ਵੱਲੋਂ ਲੜ ਪਏ ਲੋਕ ਸਭਾ ਇਲੈਕਸ਼ਨ 'ਤੇ, 24 'ਚ ਹੁਣ ਉਹ ਬੀਜੇਪੀ 'ਚ ਵੱਲੋਂ ਲੜ ਰਹੇ ਨੇ। ਇਸ ਤਰ੍ਹਾਂ ਹੀ ਜਲੰਧਰ 'ਚ ਬਹੁਤ ਸਾਰੀਆਂ ਦਲ ਬਦਲੂ ਜਿਹੜੀਆਂ ਜਲੰਧਰ 'ਚ ਹੋਈਆਂ। ਅਮਰਿੰਦਰ ਸਿੰਘ KP ਸਾਬਕਾ ਪ੍ਰਧਾਨ ਰਹਿ ਚੁੱਕੇ ਨੇ, ਕਾਂਗਰਸ ਦੇ ਪ੍ਰਦੇਸ਼ ਅਧਿਕਸ਼ ਰਹਿ ਚੁੱਕੇ ਨੇ, ਕੈਬਨਿਟ ਮਿਨਿਸਟਰ ਰਹਿ ਚੁੱਕੇ ਨੇ, ਅਤੇ MP ਵੀ ਰਹਿ ਚੁੱਕੇ ਨੇ, ਉਹ ਅਕਾਲੀ ਦਲ 'ਚ। ਹੁਣ ਉਹ ਚੌਧਰੀ ਸੰਤੋਖ ਸਿੰਘ ਦੀ ਧਰਮਪਤਨੀ ਕਰਮਜੀਤ ਕੌਰ, ਲੰਬੇ ਸਮੇਂ ਤੋਂ ਸਿਆਸਤ ਉਹਨਾਂ ਦੇ ਪੂਰੇ ਪਰਿਵਾਰ ਨੇ ਕਾਂਗਰਸ ਦੇ ਨਾਲ ਰਹੇ ਅਤੇ ਟਿਕਟ ਨਹੀਂ ਮਿਲੀ, ਅਤੇ ਚੱਲ BJP 'ਚ। ਮਤਲਬ ਤੁਸੀਂ ਦੇਖੋ ਪਵਨ ਟੀਨੂ ਸਾਹਿਬ ਦੇਖ ਲਓ, ਅਤੇ ਰਵਨੀਤ ਬਿੱਟੂ ਦੇਖ ਲਓ, ਉੱਧਰ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇਖ ਲਓ, ਉਹਨਾਂ ਦੀ ਧਰਮਪਤਨੀ ਦੇਖ ਲਓ, ਕੋਈ ਇੱਕ ਹੋਵੇ ਦਲ ਬਦਲੂ ਅਤੇ ਬੰਦਾ ਗਿਣਿਆ, ਜਿਹੜਾ ਗਿਣੇ ਨਾ ਉਹਨੇ ਦਲ ਬਦਲੂਆਂ 'ਤੇ ਭਰਮਾਰ ਲੱਗੀ ਹੈ। ਅਸੀਂ ਤਦੇ ਤੇ ਲੋਕਾਂ ਨੂੰ ਕਹਿੰਦੇ ਹਾਂ ਵੀ ਆਪਣੇ ਹਿੱਤ ਪਛਾਣੋ, ਇਹ ਲੀਡਰ ਤੁਸੀਂ ਮਤ ਸਮਝੋ ਕਿ ਤੁਹਾਡੇ ਵਾਸਤੇ ਨੇ, ਇਹ ਸਿਰਫ ਆਪਣੇ ਵਾਸਤੇ ਜਿਹੜੇ ਆ, ਬਹੁਤ ਘੱਟ ਲੀਡਰ ਆ ਜਿਹੜੇ ਲੋਕਾਂ ਦਾ ਸੋਚਦੇ ਨੇ ਅਤੇ ਲੋਕਾਂ ਵਾਸਤੇ ਉਹ ਕਹਿੰਦੇ ਵੀ ਅਸੀਂ ਕੰਮ ਕਰਾਂਗੇ, ਕੰਮ ਤਾਂ ਆਪਣੇ ਪਰਿਵਾਰਾਂ ਵਾਸਤੇ ਅਤੇ ਆਪਣੇ ਜਿਹੜੇ ਆਲੇ ਦੁਆਲੇ ਲੱਗੇ ਹੁੰਦੇ ਉਹਨਾਂ ਲਈ ਕਰਦੇ ਨੇ। ਅਸੀਂ ਤਾਂ ਇਹ ਵਾਰ ਵਾਰ ਲੋਕਾਂ ਨੂੰ ਕਹਿ ਚੁੱਕੇ ਹਾਂ ਵੀ ਇਹਨਾਂ ਪਿੱਛੇ ਲੜੋ ਨਾ, ਮਰੋ ਨਾ। ਤੁਸੀਂ ਦੇਖੋ ਲੋਕ ਕਈ ਥਾਵਾਂ 'ਤੇ ਲੜ ਪੈਂਦੇ ਨੇ ਪਾਰਟੀਆਂ ਪਿੱਛੇ, ਪਰ ਉਹ ਸਵੇਰੇ ਕਿਸੇ ਨੇ ਕਾਂਗਰਸ ਦਾ ਝੰਡਾ ਫੜਿਆ, ਸ਼ਾਮ ਨੂੰ ਅਕਾਲੀ ਦਲ 'ਚ, ਅਕਾਲੀ ਦਲ ਦਾ ਝੰਡਾ ਫੜਿਆ ਉਹ ਆਮ ਆਦਮੀ ਪਾਰਟੀ 'ਚ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਹਜੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਦਲ ਬਦਲੂ ਹੋਣੀਆਂ, ਕਿਉਂਕਿ ਕਾਂਗਰਸ ਨੇ ਹਜੇ 5 ਸੀਟਾਂ 'ਤੇ ਆਪਣੇ ਉਮੀਦਵਾਰ ਐਲਾਨੇ ਨਹੀਂ ਹੈ। ਜੀ ਬਿਲਕੁਲ, 2 'ਤੇ ਉਹਨਾਂ ਨੇ ਆਪਣੇ ਮਹਿਲਾ ਉਮੀਦਵਾਰ ਐਲਾਨ ਦਿੱਤੇ ਨੇ ਇੱਕ ਥਾਂ ਤੋਂ, ਅਤੇ ਅਮਰਜੀਤ ਕੌਰ ਫਰੀਦਕੋਟ ਤੋਂ ਉਹਨਾਂ ਨੂੰ ਸਦੀਕੀ ਸਾਹਿਬ ਨੂੰ ਟਿਕਟ ਨਹੀਂ ਦਿੱਤੀ, ਅਤੇ ਦੂਜੇ ਨੇ ਯਾਮਨੀ ਗੋਮਰ ਉਹਨਾਂ ਨੂੰ ਟਿਕਟ ਦਿੱਤੀ ਹੈ। ਅਤੇ ਤੁਸੀਂ ਵੈਸੇ ਤਾਂ ਚੰਗੀ ਗੱਲ ਆ ਵੀ ਲੇਡੀਜ਼ ਦੇ ਵੋਟ ਤਾਂ ਸਾਰੇ ਚਾਹੁੰਦੇ ਆ ਵੀ ਸਾਨੂੰ ਮਹਿਲਾਵਾਂ ਵੋਟ ਪਾਉਣ, ਬੱਚੀਆਂ ਸਾਨੂੰ ਵੋਟ ਪਾਉਣ, ਪਰ ਸਿਆਸਤ 'ਚ ਟਿਕਟ ਟੁਕਟ ਨਹੀਂ ਦਿੰਦੇ। ਕੱਲ੍ਹ ਵੈਸੇ ਹਰਸਿਮਰਤ ਕੌਰ ਬਾਦਲ ਨੂੰ ਵੀ ਬਠਿੰਡਾ ਤੋਂ ਅਕਾਲੀ ਦਲ ਨੇ ਟਿਕਟ ਦਿੱਤੀ ਹੈ। ਅਤੇ ਇਸ ਕਰਕੇ ਮੈਂ ਤਾਂ ਕਹਿੰਦਾ ਵੀ ਲੋਕਾਂ ਨੂੰ ਬਾਅਦ ਇਹਨਾਂ ਦਾ ਇਮਾਨ ਧਰਮ ਸਿਰਫ ਕੁਰਸੀ ਤੱਕ ਹੀ ਸੀਮਤ ਰਹਿ ਗਿਆ। ਕੁਰਸੀ ਹੈਗੀ ਹੈ ਅਤੇ ਅਸੀਂ ਵਫ਼ਾਦਾਰ ਹਾਂ, ਕੁਰਸੀ ਨਹੀਂ ਹੈਗੀ ਅਤੇ ਅਸੀਂ ਬਾਗੀ ਹਾਂ।
ਭੰਡਾਰੀ ਜੀ, ਕਾਂਗਰਸ ਦੇ ਜਿਹੜੇ ਪ੍ਰਦੇਸ਼ ਪ੍ਰਧਾਨ ਨੇ ਰਾਜਾ ਵੜਿੰਗ ਜੀ, ਉਹ ਕਿਉਂ ਆਖ ਰਹੇ ਨੇ ਕਿ ਉਹ ਸਿਆਸਤ ਛੱਡ ਦੇਣਗੇ? ਇਸ ਦੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੇਰੀ ਹੱਥਾਂ ਦੀਆਂ ਲਕੀਰਾਂ ਇਹ ਦੱਸਦੀਆਂ ਨੇ ਕਿ ਮੈਂ ਸੀਐਮ ਬਣੂੰਗਾ। ਦੇਖੋ, ਉਹਨਾਂ ਨੇ ਇੱਕ ਚੈਨਲ ਨੂੰ ਇੰਟਰਵਿਊ ਦਿੱਤੀ ਹੈ ਤੇ ਉਹ ਕਹਿੰਦੇ ਵੀ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 13 ਸੀਟਾਂ ਜਿੱਤ ਗਈ ਨਾ ਲੋਕ ਸਭਾ ਇਲੈਕਸ਼ਨ ਜੀ, ਤੇ ਮੈਂ ਰਾਜਨੀਤੀ ਛੱਡ ਦਊਂਗਾ ਜੀ। ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਹਮੇਸ਼ਾ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਹ ਬੱਸਾਂ ਦੀਆਂ ਬਾਡੀਆਂ ਲੈ ਕੇ ਗੱਲ ਕਰਦੇ ਆ ਜੀ। ਕਹਿੰਦੇ ਵੀ ਮੇਰੇ ਕੋਲ ਵੀ ਤੇਰੇ ਵੀ ਬੜੇ ਕੇਸ ਆ, ਕਰੋੜਾਂ ਰੁਪਏ ਬੱਸਾਂ ਦੀਆਂ ਬਾਡੀਆਂ ਇੱਥੋਂ ਬਾਹਰ ਜਾ ਕੇ ਕਿਉਂ ਲਵਾਈਆਂ? ਤੇ ਮੁੱਖ ਮੰਤਰੀ ਸਾਹਿਬ ਨੂੰ ਸਾਡੀ ਬੇਨਤੀ ਵੀ ਜੇ ਕਿਸੇ ਨੇ ਵੀ ਕੋਈ ਗਲਤ ਕੰਮ ਕੀਤਾ, ਪੰਜਾਬ ਦਾ ਪੈਸਾ ਖਾਧਾ ਹੈ, ਪੰਜਾਬ ਦੇ ਕਿਸਾਨ ਖਜ਼ਾਨੇ ਦਾ, ਉੱਤੇ ਕਾਰਵਾਈ ਕਰਨੀ ਚਾਹੀਦੀ, ਉਹਨੂੰ ਇੱਦਾਂ ਡਰਾਓ ਡਰੋ ਨਾ ਜੀ। ਬਿਲਕੁਲ। ਅਤੇ ਇਹ ਵੀ ਕਹਿੰਦੇ ਨੇ, ਕਹਿੰਦੇ ਵੀ ਉਹਨਾਂ ਦੀ ਧਰਮਪਤਨੀ ਜਿਹੜੀ ਹੈ ਉਹ ਬਠਿੰਡਾ ਤੋਂ ਮਜ਼ਬੂਤ ਦਾਅਵੇਦਾਰ ਸੀ, ਪਰ ਉਹਨਾਂ ਨੂੰ ਉੱਥੋਂ ਟਿਕਟ ਨਹੀਂ ਮਿਲੀ। ਚਲੋ, ਫਿਰ ਉਹ ਕਹਿੰਦੇ ਵੀ ਮੇਰੀਆਂ ਜਿਹੜੀਆਂ ਨਾ ਹੱਥਾਂ ਦੀਆਂ ਲੀਕਾਂ ਦੱਸਦੀਆਂ ਕਿ ਮੈਂ ਇੱਕ ਦਿਨ ਮੁੱਖ ਮੰਤਰੀ ਜ਼ਰੂਰ ਬਣੂੰਗਾ। ਹੁਣ ਹਰ ਬੰਦਾ ਤਾਂ ਮੁੱਖ ਮੰਤਰੀ ਬਣਨਾ ਚਾਹੁੰਦਾ ਜੇ, ਅਤੇ ਕੋਈ ਕਰੇ ਤਾਂ ਕਰੇਗੀ। ਅਤੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਵੜਿੰਗ ਸਾਹਿਬ ਮੁੱਖ ਮੰਤਰੀ ਬਣ ਪਾਉਂਦੇ ਕਿ ਨਹੀਂ, ਕਿਉਂਕਿ ਕਾਂਗਰਸ ਦੇ ਵਿੱਚ ਨਾ ਮੁੱਖ ਮੰਤਰੀਆਂ ਦੀ ਲਾਈਨ ਬੜੀ ਲੰਬੀ ਹੈ ਜੀ। ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਹੁਣ ਇਹ ਵੀ ਆ ਗਏ ਨੇ, ਵੜਿੰਗ ਸਾਹਿਬ ਵੀ ਆ ਗਏ ਨੇ। ਸੁਨੀਲ ਜਾਖੜ ਨੂੰ ਪ੍ਰਧਾਨ ਨਹੀਂ ਬਣਾਇਆ, ਵੇਖੋ, ਉਹ ਛੱਡ ਮੁੱਖ ਮੰਤਰੀ ਨਹੀਂ ਸੀ ਬਣਾਇਆ, ਉਹ ਛੱਡ ਕੇ ਕਾਂਗਰਸ 'ਚ ਚਲੇ ਗਏ, ਹੁਣ ਕਾਂਗਰਸ ਬੀਜੇਪੀ 'ਚ ਚਲੇ ਗਏ, ਬੀਜੇਪੀ ਦੇ ਪ੍ਰਧਾਨ ਨੇ। ਨਵਜੋਤ ਸਿੰਘ ਸਿੱਧੂ ਜਿਹਨੇ ਸਾਰਾ ਰਫੜ ਪਾਇਆ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਦਾ, ਉਹ ਵਿਚਾਰੇ ਹੁਣ ਗਾਇਬ ਨੇ ਰਾਜਨੀਤੀ 'ਚੋਂ। ਅਤੇ IPL ਜਿਹੜੀ ਹੈ ਉੱਥੇ ਉਹ ਕਮੈਂਟਰੀ ਕਰ ਰਹੇ ਨੇ। ਹੁਣ ਇਹ ਵੀ ਕਹਿੰਦੇ ਨੇ ਵੜਿੰਗ ਸਾਹਿਬ, ਜਦੋਂ ਉਹਨਾਂ ਨੂੰ ਪੁੱਛਿਆ ਨਾ ਵੀ ਰਵਨੀਤ ਬਿੱਟੂ ਛੱਡ ਗਏ ਨੇ ਲੁਧਿਆਣਾ ਤੋਂ ਤੁਹਾਨੂੰ, ਹੋਰ ਵੀ ਬੜੇ ਜਾਣੇ ਛੱਡ ਕੇ ਜਾ ਰਹੇ ਹੋ, ਕਹਿੰਦੇ ਵੀ ਜਿਹਨੇ ਕਾਂਗਰਸ ਛੱਡਣੀ ਹੈ ਨਾ ਛੱਡ ਕੇ ਚਲੇ ਜਾਏ, ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ। ਫਰਕ ਕਿੱਦਾਂ ਨਹੀਂ ਪੈਂਦਾ? ਫਰਕ ਤਾਂ ਜ਼ਰੂਰ ਪੈਂਦਾ, ਇੱਕ ਬੰਦਾ ਵੀ ਛੱਡ ਕੇ ਜਾਵੇ। ਉਹ ਕਹਿੰਦੇ ਵੀ ਮੈਨੂੰ ਯਕੀਨ ਹੈ ਕਿ ਆਮ ਆਦਮੀ ਪਾਰਟੀ ਦੀ ਬਿਆਨਬਾਜ਼ੀ ਜਿਹੜੀ ਕਿ ਉਹ ਕਹਿੰਦੇ ਨਾ ਜੀ 13-0 ਅਤੇ BJP ਜਿਵੇਂ ਕਹਿੰਦੀ 400 ਪਾਰ, ਇਹ ਕਹਿੰਦੇ ਵੀ ਦੋਵੇਂ ਜਿਹੜੀਆਂ ਭਵਿੱਖਬਾਣੀਆਂ ਜਿਹੜੀਆਂ ਇਹ ਝੂਠੀਆਂ ਸਾਬਤ ਹੋਣੀਆਂ, ਇਹ ਪੂਰੀਆਂ ਨਹੀਂ ਹੋਣੀਆਂ। ਫਿਰ ਉਹ ਵੀ ਕਹਿੰਦੇ ਵੀ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵੇਲੇ ਜੇ ਪੰਜਾਬ ਦੀ ਤਰੱਕੀ ਜਿਹੜੀ ਰੁਕੀ, ਪੰਜਾਬ ਦੇ ਉੱਤੇ ਕਰਜ਼ਾ ਚੜ੍ਹ ਗਿਆ, ਪੰਜਾਬ ਨੂੰ ਹੋਰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਹਿੰਦੇ ਹੁਣ ਬਦਲਾਵ ਲਿਆ ਕੇ ਲੋਕ ਆਪ ਜਿਹੜੇ ਆ ਨਾ ਉਹ ਪਰੇਸ਼ਾਨ ਹੋ ਰਹੇ ਹੈ। 2 ਸਾਲਾਂ 'ਚ ਕਹਿੰਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ, ਰੇਤ ਸਸਤੀ ਹੋਈ, ਕਿਤੇ ਕਿਸਾਨ ਭਾਈਚਾਰਾ ਉਹ ਪਰੇਸ਼ਾਨ ਆ, ਜਿਹੜੇ ਵਪਾਰੀ ਨੇ ਉਹ ਪਰੇਸ਼ਾਨ ਨੇ, ਲੋਕ ਕਹਿੰਦੇ ਵੀ ਮੁਰਗੀ ਅਤੇ ਬੱਕਰੀ ਦੇ ਮੁਆਵਜ਼ੇ ਦੀ ਗੱਲ ਕਰਦੇ ਸਨ ਮੁੱਖ ਮੰਤਰੀ ਭਗਵੰਤ ਮਾਨ, MSP ਦੀਆਂ ਗੱਲਾਂ ਕਰਦੇ ਸੀ, ਅਤੇ ਕਿਸਾਨਾਂ ਨਾਲ ਵਾਅਦੇ ਜਿਹੜੇ ਕੀਤੇ ਪੂਰੇ ਨਹੀਂ ਹੋਏ। ਅਤੇ ਇਹ ਵੀ ਕਹਿੰਦੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਦਿੱਲੀ ਵਾਲੇ ਸਿੱਖਿਆ ਅਤੇ ਸਿਹਤ ਸੰਭਾਲ ਮਾਡਲ ਨੂੰ ਪੰਜਾਬ 'ਚ ਲਾਗੂ ਕਰਨ ਦੇ ਵਿੱਚ ਚਾਹੁੰਦੀ ਸੀ, ਅਤੇ ਪਰ ਕਹਿੰਦੇ ਵੀ ਇਹਨਾਂ ਨੇ ਪੰਜਾਬ ਦਾ ਵੀ ਬੇੜਾ ਗਰਕ ਕਰਤਾ, ਕਹਿੰਦੇ ਵੀ ਇਹਨਾਂ ਦੀ ਜਿਹੜੀ ਇਹਨਾਂ ਨੇ ਝੂਠੇ ਲਾਰੇ ਲਾ ਕੇ ਪੰਜਾਬ ਦੀ ਤਰੱਕੀ ਨੂੰ ਗ੍ਰਹਿਣ ਲਾਤਾ ਜੀ। ਵੀ ਫਿਰ ਇਹ ਵੀ ਦੱਸੋ ਕਿ ਵੜਿੰਗ ਸਾਹਿਬ, ਜਦੋਂ 5 ਸਾਲ ਤੱਕ ਕਾਂਗਰਸ ਦੀ ਸਰਕਾਰ ਸੀ ਉਦੋਂ ਕੀ ਨਸ਼ਾ ਮੁੱਕਿਆ? ਕੀ ਬੇਅਦਬੀ ਦੇ ਦੋਸ਼ੀਆਂ ਨੂੰ ਉਦੋਂ ਸਜ਼ਾ ਮਿਲੀ? ਮਤਲਬ ਬਹੁਤ ਸਾਰੇ ਸਵਾਲ ਤਾਂ ਇਹਨਾਂ ਨੂੰ ਪੁੱਛਣ ਵਾਸਤੇ ਹੈਗੇ, ਪਰ ਕਹਿੰਦੇ ਵੀ ਇਹਨਾਂ ਲੀਡਰਾਂ ਦਾ ਕੀ ਹੈ? ਅੱਜ ਬਿਆਨ ਕੁਛ ਹੈ, ਕੱਲ੍ਹ ਬਿਆਨ ਕੁਛ ਹੈ ਜੀ। ਭੰਡਾਰੀ ਜੀ, ਸੀਐਮ ਮਾਨ ਦੇ ਇੰਟਰਵਿਊ ਤੋਂ ਬਾਅਦ BJP ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਉਹਨਾਂ ਦੇ ਸਵਾਲ ਚੁੱਕੇ ਆ, ਅਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਵੀ ਲੋਕਾਂ ਨੇ ਘੇਰਿਆ। ਜੋ ਆਏ ਸੀ ਲਾਲਜੀਤ ਸਿੰਘ ਭੁੱਲਰ, ਸ਼੍ਰੀ ਹਰਿਮੰਦਰ ਸਾਹਿਬ ਆਏ ਸੀ ਮੱਥਾ ਟੇਕਣ ਵਾਸਤੇ। ਤੁਸੀਂ ਦੇਖੋ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਵੀ ਅਸੀਂ ਰੇਤ ਸਸਤੀ ਕਰ ਦਿਆਂਗੇ, ਕੇਜਰੀਵਾਲ ਸਾਹਿਬ ਕਹਿੰਦੇ 20,000 ਕਰੋੜ ਹਮ ਰੇਤਾ ਸੇ ਬਚਾਏਂਗੇ ਹਰ ਸਾਲ, 15,000 ਕਰੋੜ ਹਮ ਨਸ਼ੇ ਸੇ ਬਚਾਏਂਗੇ, ਇਹ ਤਾਂ ਹਰ ਸਾਲ ਕਰਜ਼ਾ ਲਈ ਜਾਂਦੇ ਹੈ। ਚਲੋ, ਇਹਨਾਂ ਗੱਲਾਂ ਫਿਰ ਕਹਿੰਦੇ ਵੀ ਲੀਡਰਾਂ ਦੀਆਂ ਗੱਲਾਂ 'ਤੇ ਤਬਾਰ,
ਕਰੇ ਤੇ ਕਰੇ ਕੌਣ ਜੀ? ਤੇ ਇਹਨਾਂ ਨੇ ਜਦੋਂ ਇੰਟਰਵਿਊ ਦਿੱਤਾ ਤੇ ਲੋਕ ਜਦੋਂ ਸਵਾਲ ਇਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਮਹਿਲਾਵਾਂ ਨਾਲ ਜਿਹੜਾ ਵਾਅਦਾ ਕੀਤਾ ਸੀਗਾ 1,000 ਰੁਪਇਆ ਦਿਆਂਗੇ, ਉਹ ਨਹੀਂ ਦਿੱਤਾ? ਉਹ ਕਹਿੰਦੇ ਵੀ ਦਿਆਂਗੇ ਹਜੇ ਨਹੀਂ, ਪਰ ਕਿਉਂਕਿ ਬਜਟ ਸਾਡੇ ਕੋਲ ਪੈਸਾ ਘੱਟ ਆ। ਤੁਸੀਂ ਦੇਖੋ ਲੋਕ ਇਹਨਾਂ ਨੂੰ ਵੀ ਸਵਾਲ ਪੁੱਛਣ ਨੂੰ ਲੱਗ ਪਏ ਨੇ, ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੀ। ਐਤਵਾਰ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਅੰਮ੍ਰਿਤਸਰ ਤੋਂ ਲੋਕ ਸਭਾ ਜਿਹੜੇ ਨੇ ਉਮੀਦਵਾਰ ਨੇ, ਉਹ ਜਦੋਂ ਕੰਪਨੀ ਬਾਗ ਜਾਂਦੇ ਲੋਕ ਉਹਨਾਂ ਨੂੰ ਪੁੱਛਦੇ ਨੇ, ਮੰਤਰੀ ਸਾਹਿਬ ਰੇਤ ਕਿੱਥੋਂ ਸਸਤੀ ਮਿਲਦੀ, ਸਾਨੂੰ ਦੱਸ ਦਿਓ, ਅਸੀਂ ਵੀ ਲੈਣੀ ਹੈ ਜੀ। ਨਸ਼ਾ ਖਤਮ ਹੋ ਗਿਆ, ਜੇਲ੍ਹਾਂ 'ਚੋਂ ਗੈਂਗਸਟਰ ਫਰੋਤੀਆਂ ਮੰਗਣੀਆਂ ਬੰਦ ਕਰਕੇ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਹੋ ਗਈ ਜੀ? ਧਾਲੀਵਾਲ ਸਾਹਿਬ ਵੀ ਇੱਧਰ ਉੱਧਰ ਵੇਖਦੇ ਮੈਂ ਕਿੱਥੇ ਫਸ ਗਿਆ ਹੁਣ, ਕਹਿੰਦੇ ਫਿਰ ਉਹ ਕਹਿੰਦੇ ਲੀਡਰਾਂ ਕੋਲ ਜਵਾਬ ਬੜੇ ਹੁੰਦੇ ਨੇ, ਉਹ ਫਿਰ ਉੱਥੋਂ ਜਵਾਬ ਦੇ ਕੇ ਤੇ ਨਿਕਲਣ ਦੀ ਕਰਦੇ ਨੇ। ਕਿਸਾਨੀ ਅੰਦੋਲਨ ਹੈ ਨਾ ਦੇਖੋ ਰਿਦਮ, ਇੱਕ ਬਹੁਤ ਬੂਮ ਲਿਆਂਦਾ, ਲੋਕਾਂ 'ਚ ਚੇਂਜ ਲਿਆਂਦਾ, ਲੋਕਾਂ ਨੂੰ ਦੱਸ ਦਿੱਤਾ ਵੀ ਇਹ ਲੀਡਰਾਂ ਦੇ ਅੱਗੇ ਤੁਸੀਂ ਹੱਥ ਕਿਉਂ ਜੋੜਦੇ ਹੋ, ਇਹਨਾਂ ਨੂੰ ਹਾਰ ਕਿਉਂ ਪਾਉਂਦੇ ਹੋ, ਤੁਹਾਡੇ ਦਿੱਤੇ ਟੈਕਸ ਤੋਂ ਇਹ ਪਲਦੇ ਆ, ਸਾਰੀਆਂ ਸੁੱਖ ਸੁਵਿਧਾਵਾਂ ਲੈਂਦੇ ਆ, ਤੇ ਤੁਹਾਡੇ ਤੇ ਮੁੜ ਕੇ ਰਾਜ ਕਰਨ ਲੱਗ ਪੈਂਦੇ ਨੇ। ਹੁਣ ਇਹ ਜਿਹੜੇ ਲਾਲਜੀਤ ਸਿੰਘ ਭੁੱਲਰ ਹੈ, ਇਹ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਮੱਥਾ ਟੇਕਣ ਜਾਂਦੇ ਆ ਉੱਥੇ ਸੇਵਾ ਵੀ ਕਰਦੇ ਨੇ, ਅਤੇ ਜਦੋਂ ਪ੍ਰਕਰਮਾ ਕਰਦੇ ਹੁੰਦੇ ਨਾ ਉਦੋਂ ਲੋਕ ਇਹਨਾਂ ਨੂੰ ਘੇਰ ਲੈਂਦੇ ਨੇ, ਕਹਿੰਦੇ ਵੀ ਇਹ ਕਹਿੰਦੇ ਵੀ ਤੁਸੀਂ ਨਸ਼ਾ ਬੰਦ ਨਹੀਂ ਕਰਾਇਆ, ਤੁਸੀਂ ਕਹਿੰਦੇ ਵੀ ਤੁਹਾਡੇ ਕੋਲ ਉਮੀਦ ਕੀ ਕਰੀਏ ਜੀ, ਹੈ ਚਿੱਟਾ ਬੰਦ ਨਹੀਂ ਕਰਾ ਸਕੇ, ਬੱਚੇ ਕਹਿੰਦੇ ਵੀ ਗਲੀਆਂ 'ਚ ਨਾਲੀਆਂ 'ਚ ਡਿੱਗਣ ਡਏ ਨੇ, ਤੁਸੀਂ ਵਾਅਦੇ ਤਾਂ ਬੜੇ ਕੀਤੇ ਸੀ ਅਤੇ ਹੁਣ ਕਹਿੰਦੇ ਤੁਹਾਡੇ ਵਾਅਦੇ ਕਿੱਥੇ, ਤੁਹਾਨੂੰ ਮਿਲੀਏ ਕਿੱਥੇ? ਤੁਹਾਨੂੰ ਇਹ ਵੀ ਯਾਦ ਹੋਣਾ ਪਿਛਲੇ ਕੁਛ ਦਿਨ ਪਹਿਲੇ ਵੀ ਲਾਲਜੀਤ ਸਿੰਘ ਭੁੱਲਰ ਇੱਕ ਕਮਿਊਨਿਟੀ ਦੇ ਉੱਤੇ ਇਹਨਾਂ ਨੇ ਟਿੱਪਣੀ ਕੀਤੀ ਸੀ ਅਤੇ ਬਾਅਦ 'ਚੋਂ ਇਹਨਾਂ ਨੇ ਮਾਫੀਆਂ ਮੂਫੀਆਂ ਮੰਗੀਆਂ ਸਨ ਜੀ, ਬਿਲਕੁਲ। ਅਤੇ ਇਹ ਲੀਡਰਾਂ ਨੂੰ ਪਹਿਲੇ ਇਹ ਨਹੀਂ ਲੱਗਦਾ ਇਹਨਾਂ ਦੀਆਂ ਜ਼ਬਾਨਾਂ ਜਿਹੜੀਆਂ ਫਿਸਲ ਜਾਂਦੀਆਂ ਵੀ ਅਸੀਂ ਕਹਿਣਾ ਕੀ ਹੈ, ਅਤੇ ਬਾਅਦ ਵਿੱਚ ਮਾਫੀਆਂ ਮੰਗਦੇ ਫਿਰਦੇ ਆ। ਹੁਣ ਜਿਹੜੀ ਤੁਸੀਂ ਸੁਨੀਲ ਜਾਖੜ ਦੀ ਗੱਲ ਕੀਤੀ ਹੈ, ਉਹ ਜਦੋਂ ਉਹਨਾਂ ਕੋਲ ਸਵਾਲ ਪੁੱਛਿਆ ਗਿਆ ਨਾ ਜੀ ਵੀ ਕਿ ਅਰਵਿੰਦ ਕੇਜਰੀਵਾਲ ਜੇਲ੍ਹ 'ਚੋਂ ਸਰਕਾਰ ਚਲਾ ਰਹੇ ਨੇ, ਕੀ ਇਹ ਕਾਨੂੰਨੀ ਹੈ ਜੀ? ਅਤੇ ਫਿਰ ਉਹ ਅੱਗੋਂ ਕਹਿੰਦੇ ਵੀ ਸਹਾਰਾ ਗਰੁੱਪ ਦੇ ਸੁਬਰੋਤ ਰਾਏ ਨੂੰ ਚਿੱਟ ਫੰਡ ਘੁਟਾਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਫਿਰ ਵੀ ਉਹਨਾਂ ਕਹਿੰਦੇ ਵੀ ਉਸਨੂੰ ਜੇਲ੍ਹ ਦੇ ਵਿੱਚ ਹੀ ਦਫ਼ਤਰ ਸਥਾਪਿਤ ਕਰਨ ਦਿੱਤਾ ਗਿਆ। ਕਿੱਥੇ ਲਿਖਿਆ? ਜੇਕਰ ਕਹਿੰਦੇ ਕੋਈ ਮੌਜੂਦਾ ਮੁੱਖ ਮੰਤਰੀ ਸਲਾਖਾਂ ਦੇ ਪਿੱਛੇ ਹੈ ਤਾਂ ਉਸਨੂੰ ਅਸਤੀਫਾ ਦੇਣਾ ਪਏਗਾ। ਇਸ 'ਤੇ ਜਾਖੜ ਸਾਹਿਬ ਨੇ ਫਿਰ ਸੋਸ਼ਲ ਮੀਡੀਆ 'ਤੇ ਲਿਖਿਆ ਵੀ ਕਹਿੰਦੇ ਇੱਕ ਇੰਟਰਵਿਊ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਨਜ਼ਰਬੰਦੀ ਨੂੰ ਸੁਬਰੋਤੋ ਰਾਏ ਦੀ ਤਿਹਾੜ ਜੇਲ੍ਹ ਵਿੱਚ ਕੈਦ ਦੇ ਨਾਲ ਦੀ ਤੁਲਨਾ ਉਹਨਾਂ ਕੀਤੀ ਹੈ। ਜਿਸ ਤਰ੍ਹਾਂ ਕਹਿੰਦੇ ਸਹਾਰਾ ਗਰੁੱਪ ਆਫ ਕੰਪਨੀ ਦੇ CMD ਸੁਬਰੋਤੋ ਰਾਏ ਆਪਣੀ ਕੰਪਨੀ ਦੇ 2 ਡਾਇਰੈਕਟਰਾਂ ਦੇ ਨਾਲ ਤਿਹਾੜ ਜੇਲ੍ਹ 'ਚ ਸਨ, ਉਸੇ ਤਰ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ 2 ਮੰਤਰੀਆਂ ਦੇ ਨਾਲ ਕਹਿੰਦੇ ਜੇਲ੍ਹ 'ਚ ਹਨ। ਅਤੇ ਇਸ ਤੋਂ ਇਲਾਵਾ ਕਹਿੰਦਾ ਜਿੱਥੇ ਰਾਏ ਅਤੇ ਉਹਨਾਂ ਦੇ ਡਾਇਰੈਕਟਰਾਂ ਨੂੰ ਚਿੱਟ ਫੰਡ ਘੁਟਾਲੇ ਲਈ ਗ੍ਰਿਫਤਾਰ ਕੀਤਾ ਗਿਆ ਸੀ, ਕੇਜਰੀਵਾਲ ਅਤੇ ਉਹਨਾਂ ਦੇ 2 ਮੰਤਰੀਆਂ ਨੂੰ ਸ਼ਰਾਬ ਨੀਤੀ ਘੁਟਾਲੇ 'ਤੇ ਗ੍ਰਿਫਤਾਰ ਕੀਤਾ ਗਿਆ। ਦੇਖੋ ਲੀਡਰ ਕੋਈ ਨਾ ਕੋਈ ਜਿਹੜੇ ਨਾ ਉਹ ਲੱਭ ਹੀ ਲੈਂਦੇ ਨੇ ਕੋਈ ਨਾ ਕੋਈ ਚੀਜ਼। ਹੁਣ ਮਾਨ ਸਾਹਿਬ ਨੂੰ ਜਦੋਂ ਸਵਾਲ ਪੁੱਛੇ ਪੱਤਰਕਾਰ ਨੇ, ਬਹੁਤ ਲੰਬਾ ਚੌੜਾ ਇਹਨਾਂ ਦਾ ਇੰਟਰਵਿਊ ਛਪਿਆ ਅੱਜ, ਅਤੇ ਉਹ ਕਹਿੰਦੇ ਫਿਰ ਜਦੋਂ ਪੁੱਛਿਆ ਵੀ ਤੁਹਾਡੇ 'ਤੇ ਆਰੋਪ ਲੱਗਦੇ ਨੇ ਵੀ ਤੁਸੀਂ ਸਾਜਿਸ਼ ਦੇ ਤਹਿਤ ਕਾਂਗਰਸੀ ਲੀਡਰਾਂ ਨੂੰ ਅੰਦਰ ਕਰ ਰਹੇ ਹੋ, ਕਹਿੰਦੇ ਵੀ ਭਾਰਤ ਭੂਸ਼ਣ ਨੂੰ ਮੈਂ ਕਿਹਾ ਸੀ ਵੀ ਤੂੰ ਘਪਲਾ ਕਰ ਵੀ ਤੂੰ ਟੈਂਡਰ ਘੁਟਾਲੇ ਦੇ ਵਿੱਚ ਕਹਿੰਦੇ ਜਾਂ ਫਿਰ ਕਹਿੰਦੇ ਵੀ FCI ਸਕੈਮ 'ਚ ਵੀ ਫਸਿਆ ਹੈ, ਕਹਿੰਦੇ ਵੀ ਸੁਖਪਾਲ ਸਿੰਘ ਖਹਿਰੇ ਨੇ ਜੋ ਕੀਤਾ ਉਹਨੂੰ ਮੈਂ ਕਰਾਇਆ, ਕਹਿੰਦੇ ਉਹਨੂੰ ਫਸਾਇਆ ਹੁੰਦਾ ਤਾਂ ਬਾਹਰ ਕਿਵੇਂ ਆਉਂਦਾ, ਕਹਿੰਦੇ ਸੁੰਦਰ ਸ਼ਾਮ ਅਰੋੜੇ ਨੂੰ ਮੈਂ ਉਹਦੇ ਘਰ ਮਸ਼ੀਨਾਂ ਦੀ ਨੋਟਾਂ ਦੀ ਮਸ਼ੀਨ ਭੇਜੀ ਸੀ, ਸੁੱਖ ਵਿਲਾਸ ਕਹਿੰਦੇ ਮੈਂ ਬਣਾਇਆ, ਸਾਧੂ ਸਿੰਘ ਧਰਮਸੋਤ ਨੂੰ ਕਹਿੰਦੇ ਦਰਖਤ ਕਟਾਉਣ ਵਾਸਤੇ ਮੈਂ ਕਿਹਾ ਹੀ ਪਹਿਲ ਹੈ, ਕਹਿੰਦੇ ਇਹ ਤਾਂ ਹੋਰ ਬੰਦੇ ਫਸਣਗੇ, ਪਰ ਕਹਿੰਦੇ ਹੁਣ ਤਾਂ ED ਵੀ ਜਿਹੜੀ ਜਾਂਚ ਕਰਨ ਡੀ, ਫਿਰ ਉਹ ਕਹਿੰਦੇ ਵੀ ਮੇਰੀ ਕਿਸੇ ਨਾਲ ਰੰਜਿਸ਼ ਕੋਈ ਨਹੀਂ ਹੈ, ਮੈਂ ਕਹਿੰਦੇ ਨਾ ਬੱਸਾਂ 'ਚ ਆਪਣਾ ਹਿੱਸਾ ਪਾਉਣਾ, ਨਾ ਰੇਤਾਂ ਦੀਆਂ ਖੱਡਾਂ ਲੈਣੀਆਂ, ਨਾ ਮੈਂ ਹੋਰ ਕਿਤੇ ਹਿੱਸਾ ਪੱਤੀ ਪਾਉਣੀ ਹੈ। ਅਤੇ ਫਿਰ ਮਾਨ ਸਾਹਿਬ ਫਿਰ ਸਵਾਲ ਲੋਕ ਇਹ ਪੁੱਛਦੇ ਨੇ ਫਿਰ ਰੇਤ ਸਸਤੀ ਕਿਉਂ ਨਹੀਂ ਹੋ ਰਹੀ ਜੀ? ਫਿਰ ਜਦੋਂ ਉਹਨਾਂ ਨੂੰ ਪੁੱਛਦੇ ਵੀ ਕੀ
ਗੱਲ ਆ ਵੀ ਲੋਕ ਜਿਹੜੇ ਦਲ ਬਦਲ ਕੇ ਜਾ ਰਹੇ, ਸੁਸ਼ੀਲ ਰਿੰਕੂ ਤੁਹਾਨੂੰ ਛੱਡ ਕੇ ਚਲੇ ਗਏ, ਉਹ ਫਿਰ ਕਹਿੰਦੇ ਵੀ ਪੋਲੀਟਿਕਸ ਜਿਹੜੀ ਨਾ ਉਹ ਬਦਲ ਗਈ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬਾਦਲ ਸਾਹਿਬ, ਸਿੱਧੂ, ਮਲੂਕਾ, ਭੁੰਦੜ, ਢੀਂਡਸਾ, ਕਹਿੰਦੇ ਸਾਰੇ ਆ ਗਏ ਅਤੇ ਕਹਿੰਦੇ ਵੀ ਨਵੇਂ ਕਹਿੰਦੇ ਬੇਰੁਜ਼ਗਾਰ ਪੈਦਾ ਹੋ ਗਏ, ਇਹਨਾਂ ਦੇ ਬੱਚਿਆਂ ਨੂੰ ਨਾ ਹੁਣ ਕੰਮ ਕਰ ਨਹੀਂ ਮਿਲ ਰਿਹਾ, ਇਸ ਲਈ ਜਿੱਥੇ ਥਾਂ ਮਿਲਦੀ ਉੱਥੇ ਜਾ ਰਹੇ। ਕਹਿੰਦੇ ਹੁਣ ਸੁਸ਼ੀਲ ਰਿੰਕੂ ਦੀ ਗੱਲ ਕਰੀਏ ਤਾਂ ਮੈਨੂੰ ਕੀ ਪਤਾ ਉਹਦੇ ਮਨ 'ਚ ਕੀ ਹੈ, ਅਤੇ ਜੇ ਕਹਿੰਦੇ ਇਹੋ ਜਿਹੀ ਕੋਈ ਮਸ਼ੀਨ ਤਾਂ ਹੈਗੀ ਨਹੀਂ ਵੀ ਪਤਾ ਲੱਗ ਜਾਵੇ ਵੀ ਉਹ ਕੌਣ ਕੀ ਸੋਚਣ ਲਿਆ, ਅਤੇ ਕਹਿੰਦੇ ਜੇ ਇਹੋ ਜਿਹੀ ਮਸ਼ੀਨ ਕੋਈ ਸਾਨੂੰ ਵੀ ਮਿਲ ਜਾਵੇ ਤਾਂ ਮੈਂ ਸਭ ਤੋਂ ਪਹਿਲੇ ਖਰੀਦੂੰਗਾ ਉਹਨੂੰ। ਫਿਰ ਇਹ ਪੁੱਛਿਆ ਜਾਂਦਾ ਉਹਨਾਂ ਵੀ ਕਿ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਨੇ ਅਤੇ ਬੀਜੇਪੀ ਤੁਸੀਂ ਕਹਿੰਦੇ ਹੋ ਫਸਾਇਆ ਗਿਆ ਬੀਜੇਪੀ ਨੇ ਉਹਨਾਂ ਨੂੰ, ਅਤੇ ਫਿਰ ਉਹਨਾਂ ਦੀ ਬੇਗੁਨਾਹੀ ਕਿਉਂ ਨਹੀਂ ਸਾਬਤ ਕਰ ਪਾਏ। ਉਹ ਕਹਿੰਦੇ ਵੀ ਜਿਹੜੇ ਦੁਨੀਆਂ 'ਚ, ਫਿਰ ਮਾਨ ਸਾਹਿਬ ਜਵਾਬ ਦਿੰਦੇ ਵੀ ਜਿਹੜੇ ਦੁਨੀਆਂ ਦੇ ਵਿੱਚ ਸਭ ਤੋਂ ਭ੍ਰਸ਼ਟ ਆਦਮੀ ਨੇ ਨਾ, ਉਹਨਾਂ ਦੇ ਗਲੇ 'ਚ ਬੀਜੇਪੀ ਦਾ ਪੱਟਾ ਪਾ ਦਿਓ ਅਤੇ ਉਹ ਫਿਰ ਇਮਾਨਦਾਰ ਹੋ ਜਾਂਦਾ ਹੈ। ਕਹਿੰਦੇ ਜਿਹੜੇ ਬੰਦੇ ਦੀ ਸ਼ਿਕਾਇਤ 'ਤੇ ਅਰਵਿੰਦ ਕੇਜਰੀਵਾਲ ਨੂੰ ਅੰਦਰ ਕੀਤਾ ਗਿਆ, ਕਹਿੰਦੇ ਉਹਦਾ ਕੋਈ ਸਬੂਤ ਹੈਗਾ? ਕਹਿੰਦਾ ਤੁਸੀਂ ਚੰਦਾ ਲਿਆ ਅਤੇ ਦੂਜਿਆਂ ਲਈ ਧੰਦਾ, ਤੁਹਾਡੇ ਲਈ ਚੰਦਾ। ਫਿਰ ਮਤਲਬ ਬਹੁਤ ਸਾਰੀਆਂ ਸਵਾਲ ਜਿਹੜੇ ਕੀਤੇ ਗਏ, ਉਹ ਕਹਿੰਦੇ ਵੀ ਸਾਡੀਆਂ ਜਿਹੜੀਆਂ 13 ਸੀਟਾਂ ਅਸੀਂ ਜਿੱਤਾਂਗੇ, ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਦਾਅਵਾ ਕੀਤਾ। ਫਿਰ ਕਹਿੰਦੇ ਵੀ ਇਹ ਵੀ ਕਹਿੰਦੇ ਬੀਜੇਪੀ ਕਹਿੰਦੀ 400 ਪਾਰ, ਕਹਿੰਦੇ ਵੀ ਬੀਜੇਪੀ ਨੂੰ ਨੁਕਸਾਨ ਹੋਏਗਾ 2019 ਦੇ ਮਾਮਲੇ ਦੇ ਵਿੱਚ। ਚਲੋ ਇਹ ਤਾਂ ਆਉਣ ਵਾਲਾ ਸਮਾਂ ਵੀ ਦੱਸੇਗਾ। ਫਿਰ ਉਹਨਾਂ ਨੂੰ ਇਹ ਵੀ ਸਵਾਲ ਪੁੱਛਿਆ ਜਾਂਦਾ ਵੀ ਤੁਹਾਡੇ ਹੀ MLA ਕੁੰਵਰ ਵਿਜੇ ਪ੍ਰਤਾਪ ਸਿੰਘ ਸਵਾਲ ਚੁੱਕ ਰਹੇ, ਤੁਹਾਨੂੰ ਯਾਦ ਹੋਣਾ ਪਿੱਛੇ ਹੀ ਕੁਲਦੀਪ ਸਿੰਘ ਧਾਲੀਵਾਲ ਦਾ ਇੱਕ ਫੰਕਸ਼ਨ ਸੀਗਾ ਉਹਨਾਂ ਦੇ ਹੱਕ 'ਚ ਚੋਣ ਪ੍ਰਚਾਰ ਵਾਸਤੇ, ਜਿਹਦੇ ਉੱਥੇ ਕੁੰਵਰ ਵਿਜੇ ਪ੍ਰਤਾਪ ਨੇ ਰਾਘਵ ਚੱਡਾ ਦਾ ਨਾਂ ਲਿਆ ਸੀ। ਕਹਿੰਦੇ ਸੀ ਉਹਨਾਂ ਦੇ ਦੋ ਕਰੀਬੀ ਅਫਸਰ, ਇੱਕ SP ਅਤੇ DSP, ਉਹ ਨਸ਼ਾ ਵਿਕਾ ਰਹੇ ਨੇ, ਅਤੇ ਫਿਰ ਉਹ ਜਵਾਬ ਇਹ ਦਿੰਦੇ ਨੇ ਵੀ ਉਹਦੀ MLA ਸਾਹਿਬ ਦੀ ਕੋਈ ਨਿੱਜੀ ਰਾਏ ਹੋ ਸਕਦੀ ਹੈ, ਗੁਰੂ ਸਾਹਿਬ ਦੀ ਬੇਅਦਬੀ ਨੂੰ ਤੋਂ ਵੱਡਾ ਕਹਿੰਦੇ ਪਾਪ ਕੋਈ ਨਹੀਂ ਹੈ, ਵੱਡਾ ਪਾਪ ਕੋਈ ਨਹੀਂ ਹੈ। ਅਕਾਲੀ ਦਲ ਵਾਲੇ ਕਹਿੰਦੇ ਦੇਖੋ ਜਨਤਾ ਦੀ ਕਚਹਿਰੀ 'ਚ ਦੋਸ਼ੀ ਸਾਬਤ ਹੋ ਚੁੱਕੇ ਨੇ, ਲੱਖ ਘਰ ਜਾ ਕੇ ਕਹਿੰਦੇ ਜੁੱਤੇ ਸਾਫ਼ ਕਰ ਲਓ, ਉਹਨਾਂ ਨੂੰ ਸਜ਼ਾ ਦਵਾ ਕੇ ਅਸੀਂ ਰਵਾਂਗੇ। ਕਹਿੰਦੇ ਵੀ ਪਹਿਲੇ ਤਾਂ ਕੁਛ ਹੋ ਨਹੀਂ ਰਿਹਾ ਸੀ, ਹੁਣ ਤਾਂ ਜਾਂਚ ਅੱਗੇ ਵੱਧ ਰਹੀ। ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਕਹਿੰਦੇ ਵੀ ਮੈਨੂੰ ਵੀ ਸ਼ੱਕਿਆ ਵੀ ਕੁਛ ਹੋਏਗਾ। ਅਤੇ ਚਲੋ ਗੱਲ ਤਾਂ ਇਹ ਹੈ ਵੀ ਜੇਲ੍ਹਾਂ ਦੇ ਵਿੱਚੋਂ ਫਿਰੋਤੀਆਂ ਮੰਗਣੀਆਂ ਬੰਦ ਨਹੀਂ ਹੋਈਆਂ। ਫਿਰ ਇਹ ਵੀ ਪੁੱਛਿਆ ਜਾਂਦਾ ਉਹਨਾਂ ਨੂੰ ਰਾਘਵ ਚੱਡਾ ਸਾਹਿਬ ਨਹੀਂ ਦੇਖ ਰਹੇ, ਅਤੇ ਉਹ ਕਹਿੰਦੇ ਵੀ ਇਹ ਕਾਂਗਰਸ ਗੱਲਾਂ ਤਾਂ ਬੜੀਆਂ ਕਰਦੀ, ਰਵਨੀਤ ਬਿੱਟੂ ਨੂੰ ਤਾਂ ਪਹਿਲੇ ਸੰਭਾਲੋ, ਚੌਧਰੀ ਦੀ ਪਤਨੀ ਨੂੰ ਸੰਭਾਲੋ, ਸਾਡਾ ਕੰਮ ਅਸੀਂ ਆਪਣੇ ਵੇਖ ਲਵਾਂਗੇ। ਕਹਿੰਦੇ ਵੀ ਰਾਘਵ ਚੱਡਾ ਸਾਹਿਬ ਮੈਡੀਕਲ ਲੀਵ 'ਤੇ ਹੈ, ਉਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਇਆ ਤਾਂ ਛੇਤੀ ਵਾਪਸ ਆ ਜਾਣਗੇ। ਫਿਰ ਉਹਨਾਂ ਨੂੰ ਇਹ ਵੀ ਜਦੋਂ ਪੁੱਛਿਆ ਗਿਆ ਵੀ ਨਸ਼ਾ, ਲਾ ਐਂਡ ਆਰਡਰ, ਗੈਂਗਸਟਰ ਫੜੇ ਜਾ ਰਹੇ ਨੇ, ਵੀ ਸੂਬੇ 'ਚ ਇੰਨੇ ਗੈਂਗਸਟਰ ਕਿਉਂ ਨੇ? ਉਹ ਕਹਿੰਦੇ ਵੀ ਅਸੀਂ ਹੁਣ ਇਹਦਾ ਹੱਲ ਕੱਢਿਆ ਵੀ ਯੂਥ ਨੂੰ ਕੰਮ ਦਿਆਂਗੇ, ਪੁਲਿਸ 'ਚ ਭਰਤੀ ਕਰਾਂਗੇ, 2200 ਬੰਦਾ ਹਰ ਸਾਲ ਜਿਹੜਾ ਭਰਤੀ ਕਰਾਂਗੇ, ਸਟੇਡੀਅਮ ਦੇ ਵਿੱਚ ਖਿਡਾਰੀਆਂ ਨੂੰ ਤਿਆਰ ਕਰਾਂਗੇ। 43,000 ਕਹਿੰਦੇ ਨੌਕਰੀਆਂ ਦਿੱਤੀਆਂ ਸੀ। ਜਿਹੜੇ ਕਹਿੰਦੇ ਨੌਜਵਾਨ ਡਰੱਗਸ ਚਲੇ ਗਏ ਨੇ ਉਹਨਾਂ ਦਾ ਪਹਿਲੇ ਇਲਾਜ ਕਰਾਵਾਂਗੇ, ਉਹਨਾਂ ਨੂੰ ਕੰਮ ਦਿਆਂਗੇ। ਕਹਿੰਦੇ ਅਸੀਂ ਕਸਟਮਰ ਹੀ ਖਤਮ ਕਰ ਦਿਆਂਗੇ ਅਤੇ ਨਸ਼ਾ ਆਪੇ ਖਤਮ ਹੋ ਜਾਊਗਾ। ਕਹਿੰਦੇ ਵੀ ਕੋਈ ਗੈਂਗਸਟਰ ਨਹੀਂ ਹੈ ਐਸਾ ਜਿਹਦੇ ਲੀਡਰਾਂ ਦੇ ਨਾਲ ਸੰਬੰਧ ਨਾ ਹੋਣ। ਦੇਖੋ ਮੁੱਖ ਮੰਤਰੀ ਸਾਹਿਬ ਕਹਿ ਰਹੇ, ਪਰ ਦੇਖੋ ਫਿਰ ਇੱਥੇ ਸਵਾਲ ਇਹ ਵੀ ਆ ਜਾਂਦਾ ਇਕਦਮ, ਤੁਹਾਨੂੰ ਤਾਂ ਹੀ ਜਿਤਾਇਆ ਨਾ ਲੋਕਾਂ ਨੇ, 92 ਸੀਟਾਂ ਜਿਤਾਈਆਂ, ਵੀ ਪੁਰਾਣੀਆਂ ਪਾਰਟੀਆਂ ਨੇ ਗੈਂਗਸਟਰਵਾਦ ਨੂੰ ਬੜਾਵਾ ਦਿੱਤਾ, ਪੁਰਾਣੀਆਂ ਪਾਰਟੀਆਂ ਨੇ ਚਿੱਟੇ ਨੂੰ ਵਧਾਵਾ ਦਿੱਤਾ, ਅਤੇ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਗਈ। ਇਸ ਕਰਕੇ ਤੁਸੀਂ ਅੱਜ ਜਿੱਤ ਗਏ। ਤੁਸੀਂ ਕਿਹੜਾ ਓਲੰਪਿਕ ਦੇ ਵਿੱਚੋਂ ਮੈਡਲ ਜਿੱਤਿਆ ਸੀ? ਕੋਈ 92 ਆ ਚੋ ਕਿੰਨੇ ਬੰਦੇ ਜਿਨ੍ਹਾਂ ਨੇ ਓਲੰਪਿਕ 'ਚੋਂ ਮੈਡਲ ਜਿੱਤੇ ਆ? ਉਹ ਦੱਸ ਦਿਓ ਵੀ ਤੁਹਾਨੂੰ ਤਾਂ ਕਰਕੇ ਲੋਕਾਂ ਨੇ ਤਾਂ ਹੀ ਤੁਹਾਨੂੰ ਜਿਤਾਇਆ ਕਿ ਰਵਾਇਤੀ ਪਾਰਟੀਆਂ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਸੀ। ਰੇਤ ਕਾਂਗਰਸ ਦੇ ਵੇਲੇ ਤਾਂ 3500 ਰੁਪਏ ਟਰਾਲੀ ਮਿਲਦੀ, ਤੁਹਾਡੇ ਵੇਲੇ 5500 ਦੀ ਮਿਲ ਰਹੀ ਹੈ। ਅਤੇ ਉਹ ਕਹਿੰਦੇ ਆ ਵੀ ਲਾਅ ਐਂਡ ਆਰਡਰ ਛੇਤੀ ਠੀਕ ਕਰ ਦਿਆਂਗੇ, ਗੈਂਗਸਟਰ ਜੇਲ੍ਹਾਂ ਦੇ ਵਿੱਚੋਂ ਬਹਿ ਕੇ ਫਰੋਤੀਆਂ ਨਹੀਂ ਮੰਗਣਗੇ, ਅਤੇ ਮੰਗਣਗੇ ਲੋਕ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਨਾ ਜੀ ਕੀ ਹੋਏਗਾ ਅਤੇ ਕੀ ਨਹੀਂ।
ਭੰਡਾਰੀ ਜੀ, ਕਿਸਾਨਾਂ ਨੇ ਬੀਜੇਪੀ ਵਾਲਿਆਂ ਨਾਲ ਇੱਕ ਡਿਬੇਟ ਰੱਖੀ ਸੀ ਜਿਹਦੇ ਵਿੱਚ ਬੀਜੇਪੀ ਵਾਲਿਆਂ ਦੇ ਵਿੱਚੋਂ ਇੱਕ ਵੀ ਬੰਦਾ ਉੱਥੇ ਨਹੀਂ ਪਹੁੰਚਿਆ। ਦੇਖੋ, ਤੁਹਾਨੂੰ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ, ਹੁਣ ਕੁਛ ਦਿਨਾਂ ਤੋਂ ਰੇਲਵੇ ਟਰੈਕ ਉਹਨਾਂ ਨੇ ਰੋਕਿਆ ਹੋਇਆ ਅਤੇ ਬੀਜੇਪੀ ਨੂੰ ਇਹਨਾਂ ਦੇ ਲੀਡਰਾਂ ਨੂੰ ਖੁੱਲ੍ਹੀ ਡਿਬੇਟ ਦਾ ਚੁਣਾਅ ਅੱਜ ਨਿਯੋਤਾ ਦਿੱਤਾ ਸੀ। ਚੰਡੀਗੜ੍ਹ ਕਿਸਾਨ ਭਵਨ 'ਚ ਉਹਨਾਂ ਨੂੰ ਆਉਣ ਲਈ ਆਖਿਆ ਗਿਆ ਸੀ ਅਤੇ 5 ਲੀਡਰਾਂ ਦੀਆਂ ਕੁਰਸੀਆਂ ਲਾਈਆਂ ਸੀ ਇਹਨਾਂ ਨੇ। ਦੇਖੋ, ਕਿਸਾਨਾਂ ਨੇ ਇੱਕ ਬੰਨੇ ਕਿਸਾਨ ਬਹਿ ਗਏ ਸੀ, ਸਾਹਮਣੇ 5 ਕੁਰਸੀਆਂ ਲੱਗ ਗਈਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਪਣੇ ਗ੍ਰਹਿ ਮੰਤਰੀ ਅਮਿਤ ਸ਼ਾਹ, ਜਿਹੜੇ ਖੇਤੀਬਾੜੀ ਮਿਨਿਸਟਰ ਨੇ ਅਰਜੁਨ ਮੁੰਡਾ, ਬੀਜੇਪੀ ਦੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਜੇਪੀ ਨੱਡਾ ਅਤੇ ਜਿਹੜੇ ਮੌਜੂਦਾ ਪੰਜਾਬ ਦੇ ਪ੍ਰਧਾਨ ਨੇ ਸੁਨੀਲ ਜਾਖੜ, 3 ਵਜੇ ਤੱਕ ਇਹਨਾਂ ਨੇ ਕਿਸਾਨਾਂ ਦਾ ਇੰਤਜ਼ਾਰ ਕੀਤਾ ਅਤੇ ਬਾਅਦ ਜਦੋਂ ਕੋਈ ਨਹੀਂ ਆਇਆ ਤਾਂ ਫਿਰ ਕਿਸਾਨਾਂ ਨੇ ਇਹ ਬਾਹਰ ਨਿਕਲ ਕੇ ਪ੍ਰੈਸ ਕਾਨਫਰੰਸ ਕੀਤੀ। ਕਹਿੰਦੇ ਬੀਜੇਪੀ ਦੇ ਲੀਡਰਾਂ ਨੂੰ ਅਸੀਂ ਚੈਲੰਜ ਕਰਦੇ ਹਾਂ, ਸਾਨੂੰ ਦੱਸੋ ਕਿੱਥੇ ਆਉਣਾ ਅਤੇ ਅਸੀਂ ਤੁਹਾਡੇ ਨਾਲ ਬਹਿਸ ਕਰਨ ਨੂੰ ਤਿਆਰ ਹਾਂ। ਕਹਿੰਦੇ ਵੀ ਜੇ ਤੁਸੀਂ ਇਹਨਾਂ ਨੂੰ ਸਵਾਲ ਪੁੱਛਦੇ ਹਾਂ ਨਾ ਅਤੇ ਜਵਾਬ ਤਾਂ ਦਿੰਦੇ ਨਹੀਂ ਅਤੇ ਕਿਸਾਨ ਕਹਿੰਦੇ ਅਸੀਂ ਦਾਅਵਾ ਕਰਦੇ ਹਾਂ ਵੀ ਤੁਹਾਨੂੰ ਅਸੀਂ ਟੇਬਲ ਟਾਕ ਦੇ ਵਿੱਚ ਹਰਾ ਦਿਆਂਗੇ। ਕਹਿੰਦੇ ਵੀ ਉਹਨਾਂ ਦੇ ਅੰਦੋਲਨ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ, ਕਹਿੰਦੇ ਹੁਣ ਇਹਦਾ ਜਵਾਬ ਅਸੀਂ 22 ਮਈ ਨੂੰ ਦਿਆਂਗੇ। ਜਿੱਦਣ ਸਾਡੇ ਅੰਦੋਲਨ ਨੂੰ 100 ਦਿਨ ਹੋਣਗੇ ਨਾ ਅਤੇ ਸਾਰੇ ਜਿਹੜੇ ਬਾਰਡਰਾਂ 'ਤੇ ਕਿਸਾਨ ਇਕੱਠੇ ਹੋਣਗੇ ਅਤੇ ਸਰਕਾਰ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਨਗੇ। ਕਹਿੰਦੇ 1 ਤਰੀਕ ਨੂੰ 1 ਮਈ ਨੂੰ ਮਜ਼ਦੂਰ ਦਿਵਸ ਵੀ ਮਨਾਇਆ ਜਾਏਗਾ ਅਤੇ ਵੱਡੀ ਸੰਖਿਆ ਦੇ ਵਿੱਚ ਹਰਿਆਣਾ ਦੇ ਵਿੱਚ ਕਿਸਾਨ ਪਹੁੰਚਣਗੇ ਬਾਰਡਰ 'ਤੇ। ਤੁਹਾਨੂੰ ਵੀ ਯਾਦ ਹੈ, ਕਿਸਾਨ ਜਦੋਂ ਜਾ ਰਹੇ ਸੀ ਦਿੱਲੀ ਕੂਚ ਕਰ ਰਹੇ ਸੀ, ਉੱਥੇ ਸੜਕਾਂ 'ਤੇ ਕਿੱਲ ਵਿਛਾ ਦਿੱਤੇ ਗਏ ਸਨ। ਹੁਣ ਉਹ ਕਹਿੰਦੇ ਵੀ ਕਿਸਾਨ ਇਹ ਵੀ ਕਹਿੰਦੇ ਵੀ ਸਾਡੇ ਜਿਹੜੇ 3 ਕਿਸਾਨ ਸਾਥੀ ਪੁਲਿਸ ਨੇ ਗ੍ਰਿਫਤਾਰ ਕੀਤੇ ਆ, ਉਹਨਾਂ ਨੂੰ ਬਿਨਾਂ ਸ਼ਰਤ ਰਿਹਾਅ ਨਹੀਂ ਕੀਤਾ ਜਾ ਰਿਹਾ ਅਤੇ ਜੇ ਨਾ ਕੀਤਾ ਗਿਆ ਤਾਂ ਅਸੀਂ ਰੇਲਵੇ ਟਰੈਕ ਤੋਂ ਹਟਾਂਗੇ ਨਹੀਂ। ਫਿਰ ਉਹ ਕਹਿੰਦੇ ਵੀ ਜਿਹੜੀ ਬੇਮੌਸਮੀ ਬਰਸਾਤ ਹੋਈ ਹੈ ਉਹਦੇ ਨਾਲ ਫਸਲਾਂ ਨੂੰ ਨੁਕਸਾਨ ਹੋਇਆ ਨਾ, ਉਹਦਾ ਮੁਆਵਜ਼ਾ ਵੀ ਪੰਜਾਬ ਸਰਕਾਰ ਨੂੰ ਛੇਤੀ ਜਿਹੜਾ ਜਾਰੀ ਕਰਨਾ ਚਾਹੀਦਾ। ਹੁਣ ਸਵਾਲ ਦੇਖੋ ਇਹ ਹੈ ਕਿ ਰੇਲਾਂ ਬੰਦ ਹੈ, ਪਰੇਸ਼ਾਨ ਕੌਣ ਹੋ ਰਿਹਾ? ਆਮ ਬੰਦਾ ਪਰੇਸ਼ਾਨ ਹੋ ਰਿਹਾ। ਤੁਹਾਡੀ ਕੋਈ ਮੰਗ ਹੈ, ਦੇਖੋ ਕਿਸਾਨ ਜਿਹੜੀਆਂ ਜਾਇਜ਼ ਮੰਗਾਂ ਨੇ ਸਰਕਾਰ ਨੂੰ ਵੀ ਚਾਹੀਦਾ ਇਹਨਾਂ ਦੀਆਂ ਮੰਗਾਂ ਮੰਨ ਲੈਣ। ਹੁਣ ਬੀਜੇਪੀ ਦੀ ਇਸ ਦੇ ਉੱਪਰ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਫਿਲਹਾਲ ਵੀ ਉਹਨਾਂ ਨੂੰ ਬੁਲਾਇਆ ਸੀ ਅਤੇ ਤੁਸੀਂ ਕਿਉਂ ਨਹੀਂ ਗਏ। ਇਹ ਵੀ ਗੱਲ ਠੀਕ ਹੈ ਵੀ ਕਈ ਥਾਵਾਂ ਦੇ ਉੱਤੇ ਬੀਜੇਪੀ ਦਾ ਪੰਜਾਬ ਦੇ ਵਿੱਚ ਵਿਰੋਧ ਕਿਸਾਨਾਂ ਵੱਲੋਂ ਬਹੁਤ ਕੀਤਾ ਜਾ ਰਿਹਾ, ਕਈ ਕੁਛ ਪਿੰਡਾਂ ਦੇ ਵਿੱਚ ਅਤੇ ਬਾਹਰ ਨਾ ਕੇਵਲ ਬੀਜੇਪੀ ਨਹੀਂ, ਸਾਰੀ ਪਾਰਟੀਆਂ ਵਾਸਤੇ ਕਿਸਾਨਾਂ ਨੇ ਇੱਕ ਬੋਰਡ ਦੇ ਉੱਪਰ ਸਵਾਲ ਲਿਖ ਕੇ ਜਿਹੜੇ ਲਾਤੇ ਵੀ ਸਾਡੇ ਪਿੰਡਾਂ 'ਚ ਇਹ ਮੁਸ਼ਕਲਾਂ ਹੈ। ਤੁਸੀਂ ਦੇਖੋ, ਗ੍ਰਾਂਟ ਜੇ ਛੱਪੜ ਭਰਨ ਨਹੀਂ ਆਉਂਦੀ ਗ੍ਰਾਂਟ ਉਹ ਖਾ ਜਾਂਦੇ ਆ, ਕੋਈ ਜੇ ਨਾਲੇ ਸਾਫ਼ ਕਰਨੇ ਆ, ਡਰੇਨਾਂ ਸਾਫ਼ ਕਰਨੀਆਂ ਉਹਦੇ ਪੈਸੇ ਖਾ ਜਾਂਦੇ ਆ, ਇੰਪਰੂਵਮੈਂਟ ਟਰੱਸਟ ਵੇਖ ਲਓ ਸੜਕਾਂ ਬਣਾਉਣ ਵਾਲੇ ਪੈਸੇ ਉਹ ਖਾ ਜਾਂਦੇ ਆ, ਵੀ ਕਿਸੇ ਦੀ ਕੋਈ ਕ੍ਰੈਡੀਬਿਲਿਟੀ, ਕੋਈ ਕਿਸੇ ਦਾ ਕੋਈ ਕਿਸੇ ਦੀ ਕੋਈ ਰਿਸਪੋਂਸੀਬਿਲਿਟੀ ਫਿਕਸ ਕੀਤੀ ਜਾਂਦੀ ਹੈ? ਇੰਨਾ ਰੁਪਈਆ ਖਾ ਗਏ ਵੀ ਕਿਸੇ ਕੋਲ ਵਸੂਲੀ ਤਾਂ ਹੋਈ ਨਹੀਂ, ਕਿਸੇ ਨੂੰ 6 ਮਹੀਨੇ ਅੰਦਰ ਪਾ ਦਿਓ, ਕੀ ਫਰਕ ਪੈਂਦਾ? ਉਹ ਕਹਿੰਦਾ ਮੈਂ ਤਾਂ 2000 ਕਰੋੜ ਮੌਜਾਂ ਲਈਆਂ ਇਹ ਨਾ, ਫਿਰ ਕੀ ਆ। ਹੁਣ ਤੁਸੀਂ ਦੇਖੋ, ਸਵਾਲ ਫਿਰ ਉੱਥੇ ਆ ਜਾਂਦਾ ਹੈ ਕਿ ਆਮ ਜਨ ਬੰਦਾ ਕਰੇ ਤਾਂ ਕਰੇ ਕੀ, ਵੋਟ ਹੀ ਪਾ ਸਕਦਾ ਨਾ? ਵੋਟ ਦੇਖੋ, ਗਿਣਤੀ ਲਗਾਤਾਰ ਵੋਟ ਪ੍ਰਤੀਸ਼ਤ ਘੱਟ ਹੁੰਦਾ ਜਾ ਰਿਹਾ, ਲੋਕ ਵੋਟ ਪਾਉਣੋਂ ਇਸ ਕਰਕੇ ਹਟ ਗਏ ਕਿਉਂਕਿ ਇਹਨਾਂ 'ਤੇ ਤਬਾਹ ਕਰਨਾ ਲੋਕ ਬੰਦ ਕਰ ਗਏ, ਰਾਜਨੀਤੀ ਗੰਦਲੀ ਹੋ ਗਈ, ਰਾਜਨੀਤੀ ਧੰਦਾ ਬਣਾ ਲਿਆ ਗਿਆ ਅਤੇ ਇਹ ਝੂਠੇ ਵਾਅਦੇ ਕਰਕੇ ਲਾਰੇ ਲੱਪੇ ਲਾ ਕੇ ਹਰ ਵਾਰੀ ਲੋਕਾਂ ਦੇ ਵੋਟ ਲੈਂਦੇ ਨੇ, ਪਰ ਸਿਸਟਮ ਐਵੇਂ ਦਾ ਬਣਿਆ ਕਹਿੰਦੇ ਵੀ ਨਾ ਪਾਓ 90 ਬੰਦੇ ਵੋਟ ਅਤੇ 10 ਵੀ ਪਾ ਗਏ ਅਤੇ ਅਸੀਂ ਜਿੱਤੇ ਹਾਂ। ਤੁਸੀਂ ਦੇਖੋ ਪਿੱਛੇ ਐਕੀ ਇਲੈਕਸ਼ਨ 'ਚ ਜਿਹੜੇ ਹੁਣ 102 ਸੀਟਾਂ 'ਤੇ ਹੋਇਆ, ਕੋਈ ਮੇਰਾ ਖਿਆਲ 62% ਸੀਟਾਂ ਪੋਲਿੰਗ ਹੋਈ ਜੇ 102 ਵੋਟਾਂ 'ਤੇ, ਅਤੇ ਜੇ 3
ਤਿਕੋਣੀਆ ਮੁਕਾਬਲਾ ਹੋਇਆ ਨਾ ਤੇ ਜਿਹਨੂੰ 25% ਸੀਟਾਂ ਵੋਟਾਂ ਪਈਆਂ ਉਹਨੇ ਜਿੱਤ ਜਾਣਾ, ਮੰਨ ਲਓ ਚਲੋ ਅੱਧੀਆਂ ਵੀ ਪੈ ਗਈਆਂ 31%, ਤੇ ਇੱਥੇ 33% ਵਾਲੇ ਨੂੰ ਤੇ ਪਾਸ ਕਹਿੰਦੇ ਆ, ਇਹਦਾ ਮਤਲਬ ਜਨਤਾ ਨੇ ਤਾਂ ਤੁਹਾਨੂੰ ਪਹਿਲੇ ਨਕਾਰਤਾ ਨਾ, ਫੇਲ ਕਰਤਾ ਜੀ। ਇਸ ਕਰਕੇ ਲੋਕਾਂ ਦੀ ਗੱਲ ਕਰੋ, ਲੋਕਾਂ ਦੇ ਮੁੱਦਿਆਂ ਦੀ ਗੱਲ ਕਰੋ, ਨਹੀਂ ਤੇ ਫਿਰ ਉਹ ਦਿਨ ਆ ਜਾਣਾ ਲੋਕਾਂ ਨੇ ਤੁਹਾਡਾ ਵੀ ਘਰੋਂ ਨਿਕਲਣਾ ਬੰਦ ਕਰ ਦੇਣਾ ਜੀ। ਬਿਲਕੁਲ ਭੰਡਾਰੀ ਜੀ, ਕੇਜਰੀਵਾਲ ਦੀ ਕਸਟਡੀ ਨੂੰ ਹੁਣ 7 ਮਈ ਤੱਕ ਵਧਾ ਦਿੱਤਾ। ਦੇਖੋ ਇਹ ਵੀ ਅੱਜ ਉਹਨਾਂ ਨੂੰ ਦਿੱਲੀ ਜਿਹੜੀ ਹੈ ਰਾਊਜ ਐਵਨਿਊ ਕੋਰਟ ਦੇ ਵਿੱਚ ਉਹਨਾਂ ਨੂੰ ਅੱਜ ਜਿਹੜੀ ਹੈ ਸੀਗੀ ਸੁਣਵਾਈ, ਅਤੇ 7 ਮਈ ਤੱਕ ਉਹਨਾਂ ਨੂੰ ਜੁਡੀਸ਼ਲੀ ਜਿਹੜੀ ਹੈ ਰਿਮਾਂਡ ਉਹਦਾ ਵਧਾ ਦਿੱਤਾ ਗਿਆ ਉਹਨਾਂ ਦਾ ਜੀ, ਜੁਡੀਸ਼ਲੀ ਕਸਟਡੀ ਜੀ। ਅਤੇ ਕੇਜਰੀਵਾਲ ਸਾਹਿਬ ਹੁਣ ਦੂਸਰੇ ਜਿਹੜਾ ਦੌਰ ਦਾ ਚੁਣਾਵ ਹੈ ਜੀ 26 ਅਪ੍ਰੈਲ ਨੂੰ, ਅਤੇ ਤੀਜਾ ਜਿਹੜਾ 7 ਮਈ ਹੈ, ਉਸ ਦੇ ਦੌਰਾਨ ਵੀ ਜੇਲ੍ਹ 'ਚ ਹੀ ਰਹਿਣਗੇ, ਮਤਲਬ ਪ੍ਰਚਾਰ ਨਹੀਂ ਕਰ ਪਾਉਣਗੇ ਜੀ। ਅਤੇ ਨਾਲ ਦੀ ਨਾਲ ਕੇਜਰੀਵਾਲ ਸਾਹਿਬ ਦੀ ਤੁਹਾਨੂੰ ਪਤਾ ਵੀ ਤਬੀਅਤ ਵੀ ਖਰਾਬ ਹੋਈ ਸੀ, ਈਡੀ ਕਹਿੰਦੀ ਵੀ ਘਰੋਂ ਅੰਬ ਖਾਂਦੇ ਆ, ਮਿੱਠਾ ਖਾਂਦੇ ਆ, ਅਤੇ ਅੱਜ ਇਹਨਾਂ ਨੂੰ ਇਨਸੁਲਿਨ ਵੀ ਦਿੱਤੀ ਗਈ ਉੱਤੇ। ਅਤੇ ਵੇਖੋ ਅਤੀਸ਼ੀ ਨੇ ਫਿਰ ਆਪਣੇ ਉਹਦੇ ਲਿਖਿਆ ਐਕਸ 'ਤੇ ਹੈਂਡਲ 'ਤੇ, ਵੇਖੋ ਕਹਿੰਦੇ ਵੀ ਅੱਜ ਕਹਿੰਦੇ ਵੀ ਬਜਰੰਗ ਬਲੀ ਦਾ ਦਿਨ ਹੈ, ਅਤੇ ਹਨੂੰਮਾਨ ਜਯੰਤੀ ਦੇ ਦਿਨ ਚੰਗੀ ਖਬਰ ਆਈ ਹੈ ਵੀ ਉਹਨਾਂ ਨੂੰ ਇਨਸੁਲਿਨ ਦਿੱਤੀ ਗਈ ਹੈ, ਕਹਿੰਦੇ ਇਹ ਹਨੂੰਮਾਨ ਜੀ ਦੇ ਆਸ਼ੀਰਵਾਦ ਨਾਲ ਅਤੇ ਦਿੱਲੀ ਦੇ ਲੋਕਾਂ ਦੇ ਸੰਘਰਸ਼ ਦਾ ਪ੍ਰਣਾਮ ਹੈ। ਫਿਰ ਸੌਰਵ ਭਾਰਦਵਾਜ ਜੀ ਕਹਿੰਦੇ ਵੇਖੋ ਇੱਕ ਗੱਲ ਤਾਂ ਸਾਫ਼ ਹੋ ਗਈ ਵੀ ਮੁੱਖ ਮੰਤਰੀ ਸਹੀ ਸੀ, ਉਹਨਾਂ ਨੂੰ ਇਨਸੁਲਿਨ ਦੀ ਲੋੜ ਸੀ, ਪਰ ਕੇਂਦਰ ਦੇ ਦਬਾਅ ਦੇ ਹੇਠਾਂ ਉਹਨਾਂ ਨੂੰ ਇਨਸੁਲਿਨ ਨਹੀਂ ਦਿੱਤੀ ਜਾ ਰਹੀ। ਚਲੋ ਹੁਣ ਕਹਿੰਦੇ ਵੀ ਲੀਡਰਾਂ ਦੀਆਂ ਗੱਲਾਂ ਲੀਡਰ ਜਾਣਨ ਕੀ ਇਹ ਹੁਣ ਸ਼ੂਗਰ ਲੈਵਲ ਅੰਬ ਖਾ ਕੇ ਵੱਧ ਗਿਆ, ਸ਼ੂਗਰ ਲੈਵਲ ਮਿੱਠਾ ਖਾ ਕੇ ਵੱਧ ਗਿਆ, ਜਾਂ ਪਹਿਲੇ ਹੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਜਿਹੜਾ ਸ਼ੂਗਰ ਲੈਵਲ ਵਧਿਆ, ਹੁਣ ਚਲੋ ਇਨਸੁਲਿਨ ਮਿਲ ਗਈ ਹੈ, ਇਹਨਾਂ ਨੂੰ ਵੀ ਸ਼ਾਂਤੀ ਹੋ ਗਈ ਹੈ। ਇੱਕਦਮ ਸਮਾਂ ਹੋ ਗਿਆ, ਦਰਸ਼ਕਾਂ ਕੋਲ ਇਜਾਜ਼ਤ ਲਈ ਹੈ ਜੀ। ਜੇਕਰ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਿਆ ਤਾਂ ਲਾਈਕ, ਸ਼ੇਅਰ, ਕਮੈਂਟ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ, ਸਤਿ ਸ਼੍ਰੀ ਅਕਾਲ, ਨਮਸਕਾਰ। ਨਮਸਕਾਰ।